पंजाब टुडे देखने वाले दर्शकों का स्वागत है। मैं हाँ डॉक्टर जिंदर सिंह। पंजाब दे विच चरणजीत सिंह चन्नी पंजाब दे हुण 16वें मुख्यमंत्री वजों अहुदा संभाल चुके हैं। उन्हां दे नाल सुखजिंदर सिंह रंधावा ते ओपी सोनी ने भी सौ चुकी है अते ओह डिप्टी उप मुख्यमंत्री बन चुके हैं। पंजाब दे सियासी इतिहास च पहली दफा कोई दलित आगू अज मुख्यमंत्री दी कुर्सी ते बैठा है। इस तों पहलां रामगढ़िया भाईचारे वल्लों ज्ञानी जैल सिंह पंजाब दे मुख्यमंत्री बने सन। तुहानूं इह वी दस दईए कि चरणजीत सिंह चन्नी कैप्टन सरकार दे विच तकनीकी सिक्ख्या मंत्री सन और चमकौर साहब तों लगातार तीजी बार विधायक बने हन। अज असीं इत्थे गल करांगे चरणजीत चन्नी नूं पंजाब दे मुख्यमंत्री बनने तों बाद पेश आउण वालियां चुनौतियां दी, क्योंकि भावें कि ओह मुख्यमंत्री दी कुर्सी ते बैठ चुके हन पर उहनां दा इह ताज कंडियां दा भरिया होया है। पंजाब दे अगले मुख्यमंत्री चरणजीत चन्नी कोल हुण समां घट ते पैंडा लंबेरा है। पंजाब चोणां 'च हुण बहुता वक्त नहीं रहा है ते चुनौतियां दा वड्डा ढेर उहनां दे सामने है। नवें मुख्यमंत्री वजों चन्नी लई इह परख दी घड़ी होवेगी कि नवें मुख्यमंत्री नूं जिथे हाईकमान दीआं आसां उम्मीदां ते फुल चढ़ाने होणगे उत्थे ही पंजाब दे लोकां दा भरोसा जितना भी उहनां लई वड्डी चुनौती होवेगी। कैप्टन अमरिंदर सिंह वल्लों गुटका साहब दी सहुं खा के वादिआं तों पलटन करके लोकां दा विश्वास भी टुट्टिआ होइआ है। कांग्रेस हाईकमान ने चरणजीत चन्नी नूं मुख्यमंत्री दी कुर्सी ते बिठाउण दा फैसला करके आगामी चोणां लई वड्डा दाअ खेड्डिआ है। चन्नी लई मुख्यमंत्री दा अहुदा फुल्लां दी नहीं कंडिआं दी सेज होवेगी, क्योंकि उहनां नूं बहुत सारीआं चुनौतियां दरपेश रहणगीआं। इत्थे वड्डा मसला इह वी है कि आगामी चोणां तों पहलां ਨਵੇਂ ਮੁੱਖ ਮੰਤਰੀ ਨੂੰ ਕੰਮ ਕਰਨ ਲਈ ਲਗਭਗ 100 ਦਿਨ ਹੀ ਮਿਲਣਗੇ। ਉਹਨਾਂ ਲਈ 18 ਨੁਕਾਤੀ ਏਜੰਡਾ ਪਰਖ ਬਣੇਗਾ। ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਕਾਂਗਰਸ ਤੇ ਮਾਫੀਆ ਰਾਜ ਦੇ ਲੱਗੇ ਦਾਗ ਨੂੰ ਧੋਣ ਵਿੱਚ ਵੀ ਉਹਨਾਂ ਨੂੰ ਲੰਬੇਰਾ ਵਕਤ ਲੱਗੇਗਾ। ਨਵੇਂ ਮੁੱਖ ਮੰਤਰੀ ਨੂੰ ਖਾਸ ਕਰਕੇ ਬੈਬਲ ਤੇ ਬਰਗਾੜੀ ਮਾਮਲੇ ਦੇ ਨਤੀਜੇ ਦੇਣੇ ਹੋਣਗੇ। ਉਸ ਤੋਂ ਬਾਅਦ ਨਸ਼ਾ ਤਸਕਰੀ ਦੇ ਮਾਮਲੇ 'ਚ ਵੱਡੇ ਮਗਰਮੱਛਾਂ ਨੂੰ ਹੱਥ ਪਾਉਣ ਦੀ ਦਲੇਰੀ ਵੀ ਦਿਖਾਉਣੀ ਪਵੇਗੀ। ਇਸੇ ਤਰ੍ਹਾਂ ਮਹਿੰਗੇ ਬਿਜਲੀ ਸਮਝੌਤੇ ਵੀ ਉਹਨਾਂ ਦਾ ਇਮਤਿਹਾਨ ਲੈਣਗੇ। ਪੰਜਾਬ ਵਿੱਚ ਰੁਜ਼ਗਾਰ ਦਾ ਵੀ ਵੱਡਾ ਮਸਲਾ ਹੈ ਤੇ ਪੰਜਾਬ ਭਰ ਵਿੱਚ ਬੇਰੁਜ਼ਗਾਰਾਂ ਵੱਲੋਂ ਧਰਨੇ ਮੁਜ਼ਾਹਰੇ ਵੀ ਕੀਤੇ ਜਾ ਰਹੇ ਹਨ। ਉਹ ਪੰਜਾਬ ਦੀ ਜਵਾਨੀ ਨੂੰ ਕਿਵੇਂ ਮੋੜਾ ਦੇਣਗੇ ਇਹ ਵੀ ਪਰਖ ਬਣੇਗਾ। ਸਭ ਤੋਂ ਵੱਡਾ ਮਸਲਾ ਕਿਸਾਨੀ ਦਾ ਹੋਵੇਗਾ। ਅਮਰਿੰਦਰ ਸਿੰਘ ਵੱਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਧਿਰਾਂ ਪ੍ਰਤੀ ਨਰਮੀ ਵਰਤੀ ਜਾਂਦੀ ਸੀ। ਚੰਨੀ ਕਿਸਾਨ ਅੰਦੋਲਨ ਨੂੰ ਲੈ ਕੇ ਕਿਸ ਤਰ੍ਹਾਂ ਦਾ ਰੁੱਖ ਅਖਤਿਆਰ ਕਰਦੇ ਹਨ ਅਤੇ ਕਿਸਾਨਾਂ ਦੇ ਦਿਲ ਕਿਵੇਂ ਜਿੱਤਣਗੇ ਇਹ ਵੀ ਦੇਖਣ ਵਾਲੀ ਗੱਲ ਰਹੇਗੀ। ਚੰਨੀ ਲਈ ਇੱਕ ਵੱਡੀ ਚੁਣੌਤੀ ਇਹ ਵੀ ਹੋਵੇਗੀ ਕਿ ਉਹ ਦਲਿਤ ਭਾਈਚਾਰੇ ਲਈ ਆਪਣੇ ਕਾਰਜਕਾਲ ਦੇ ਦੌਰਾਨ ਕੀ ਕਰਕੇ ਜਾਂਦੇ ਹਨ, ਕਿਉਂਕਿ ਉਹ ਖੁਦ ਦਲਿਤ ਭਾਈਚਾਰੇ ਨਾਲ ਸੰਬੰਧਿਤ ਹੋਣ ਕਰਕੇ ਹੀ ਕਾਂਗਰਸ ਨੇ ਉਹਨਾਂ ਤੇ ਦਾਅ ਖੇਡਿਆ ਹੈ। ਅਜਿਹੇ ਵਿੱਚ ਜਿੱਥੇ ਉਹ ਕਾਂਗਰਸ ਦਾ ਭਰੋਸਾ ਤਾਂ ਜਿੱਤਣਗੇ ਹੀ, ਉੱਥੇ ਹੀ ਇਹ ਵੀ ਵੇਖਣਾ ਜ਼ਰੂਰੀ ਹੋਵੇਗਾ ਕਿ ਆਪਣੇ ਇਸ ਛੋਟੇ ਕਾਰਜਕਾਲ ਦੇ ਦੌਰਾਨ ਚਰਨਜੀਤ ਚੰਨੀ ਆਪਣੇ ਦਲਿਤ ਭਾਈਚਾਰੇ ਨੂੰ ਕੀ ਸੁਨੇਹਾ ਤੇ ਕੀ ਸਹੂਲਤਾਂ ਦੇ ਕੇ ਜਾਂਦੇ ਹਨ, ਜੋ ਕਿ ਬਾਕੀ ਮੁੱਖ ਮੰਤਰੀਆਂ ਦੇ ਮੁਕਾਬਲੇ ਵੱਖਰੀਆਂ ਹੋਣਗੀਆਂ। ਸਾਰਿਆਂ ਦੀ ਨਜ਼ਰਾਂ ਹੁਣ ਇਸ ਗੱਲ ਤੇ ਵੀ ਲੱਗੀਆਂ ਰਹਿਣਗੀਆਂ। ਇੱਥੇ ਹੁਣ ਅਸੀਂ ਗੱਲ ਕਰਾਂਗੇ ਚਰਨਜੀਤ ਚੰਨੀ ਦੇ ਆਪਣੇ ਸਿਆਸੀ ਸਫ਼ਰ ਦੀ। ਤੁਹਾਨੂੰ ਦੱਸ ਦਈਏ ਕਿ ਚਰਨਜੀਤ ਚੰਨੀ ਨੇ ਆਪਣਾ ਸਿਆਸੀ ਸਫ਼ਰ ਬਤੌਰ ਨਗਰ ਕੌਂਸਲਰ ਸ਼ੁਰੂ ਕੀਤਾ ਸੀ। ਉਹ 3 ਵਾਰੀ ਕੌਂਸਲਰ ਰਹੇ ਅਤੇ ਫਿਰ ਨਗਰ ਕੌਂਸਲ ਖਰੜ ਤੋਂ ਪ੍ਰਧਾਨ ਵੀ ਬਣੇ। 15 ਮਾਰਚ 1963 ਨੂੰ ਜਨਮੇ ਚਰਨਜੀਤ ਚੰਨੀ ਨੇ ਆਜ਼ਾਦ ਉਮੀਦਵਾਰ ਵਜੋਂ ਹਲਕਾ ਚਮਕੌਰ ਸਾਹਿਬ ਤੋਂ ਚੋਣ ਲੜੀ ਅਤੇ ਵਿਧਾਨ ਸਭਾ ਵਿੱਚ ਪਹੁੰਚੇ। ਉਸ ਤੋਂ ਮਗਰੋਂ ਉਹਨਾਂ ਨੇ ਕਾਂਗਰਸ ਪਾਰਟੀ ਜੁਆਇਨ ਕੀਤੀ ਅਤੇ 2012 ਵਿੱਚ ਕਾਂਗਰਸ ਦੇ ਉਮੀਦਵਾਰ ਵਜੋਂ ਚੋਣ ਜਿੱਤ ਕੇ ਵਿਧਾਇਕ ਬਣ ਗਏ। ਹੁਣ 3ਰੀ ਦਫਾ ਵਿਧਾਇਕ ਬਣਨ ਤੋਂ ਬਾਅਦ ਉਹ ਤਕਨੀਕੀ ਸਿੱਖਿਆ ਮੰਤਰੀ ਸਨ। ਉਹਨਾਂ ਦੀ ਵਿਦਿਅਕ ਯੋਗਤਾ MA ਰਾਜਨੀਤੀ ਸ਼ਾਸਤਰ ਤੇ MBA ਤੇ LLB ਹੈ। ਚੰਨੀ ਦਾ ਨਾਮ ਸਮੇਂ ਸਮੇਂ ਤੇ ਵਿਵਾਦਾਂ ਵਿੱਚ ਵੀ ਵੇਖਣ ਨੂੰ ਮਿਲਿਆ ਹੈ। ਮੀਟੂ ਮੁਹਿੰਮ ਦੇ ਦੌਰਾਨ ਵੀ ਉਹਨਾਂ ਨੂੰ ਕਾਫੀ ਨਮੋਸ਼ੀ ਚੱਲਣੀ ਪਈ ਸੀ ਅਤੇ ਉਹ ਜੋਤਿਸ਼ ਵਿੱਦਿਆ ਵਿੱਚ ਵੀ ਵਿਸ਼ਵਾਸ ਰੱਖਣ ਕਰਕੇ ਸੁਰਖੀਆਂ ਵਿੱਚ ਰਹਿੰਦੇ ਹਨ। ਚਰਨਜੀਤ ਚੰਨੀ ਲਈ ਇਸ ਵੇਲੇ ਇੱਕ ਇਹ ਵੀ ਵੱਡੀ ਚੁਣੌਤੀ ਰਹੇਗੀ ਕਿ ਪੰਜਾਬ ਕਾਂਗਰਸ ਦੇ ਵਿੱਚ ਜੋ ਪਿਛਲੇ ਲੰਬੇ ਸਮੇਂ ਤੋਂ ਕਾਟੋ ਕਲੇਸ਼ ਚੱਲ ਰਿਹਾ ਸੀ, ਕੀ ਉਹ ਹੁਣ ਉਹ ਖਤਮ ਕਰ ਸਕਣਗੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦਾ ਧੜਾ ਇਸ ਵੇਲੇ ਵੱਖ ਹੋ ਚੁੱਕਾ ਹੈ। ਭਾਵੇਂ ਕਿ ਉਹ ਪਾਰਟੀ ਪੱਧਰ ਤੇ ਕਾਂਗਰਸ ਦੇ ਨਾਲ ਹੀ ਹਨ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਨ ਤੇ ਵਧਾਈ ਵੀ ਦਿੱਤੀ ਹੈ, ਪਰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਕਾਂਗਰਸ ਦੇ ਵਿੱਚ ਜੋ ਕਲੇਸ਼ ਚੱਲ ਰਿਹਾ ਹੈ ਉਹ ਅਜੇ ਖਤਮ ਨਹੀਂ ਹੋਇਆ ਹੈ। ਇਸ ਲਈ ਚਰਨਜੀਤ ਚੰਨੀ ਨੂੰ ਇਹ ਵੀ ਵੱਡੀ ਚੁਣੌਤੀ ਰਹੇਗੀ ਕਿ ਆਪਣੇ ਕਾਰਜਕਾਲ ਦੇ ਦੌਰਾਨ ਵੱਖ ਵੱਖ ਧੜਿਆਂ 'ਚ ਵੰਡੀ ਕਾਂਗਰਸ ਅਤੇ ਉਹਨਾਂ ਦੇ ਨੇਤਾਵਾਂ ਨੂੰ ਇਕਸਾਰ ਹੋ ਕੇ ਕਿਵੇਂ ਕੰਮ ਕਰਦੇ ਹਨ ਤੇ ਕਿਵੇਂ ਉਹਨਾਂ ਤੋਂ ਕੰਮ ਲੈਂਦੇ ਹਨ। ਹਾਲਾਂਕਿ ਕਾਂਗਰਸ ਹਾਈਕਮਾਂਡ ਵੱਲੋਂ ਉਹਨਾਂ ਦੇ ਨਾਲ 2 ਡਿਪਟੀ CM ਵੀ ਲਗਾਏ ਗਏ ਹਨ, ਪਰ ਚਰਨਜੀਤ ਚੰਨੀ ਖੁਦ ਦਲਿਤ ਚਿਹਰਾ ਹੋਣ ਕਰਕੇ ਜਾਂ ਮੁੱਖ ਮੰਤਰੀ ਹੋਣ ਕਰਕੇ ਕੁਝ ਅਜਿਹੇ ਫੈਸਲੇ ਹਨ ਜੋ ਉਹਨਾਂ ਨੂੰ ਖੁਦ ਆਪਣੇ ਦਮਖਮ ਤੇ ਹੀ ਲੈਣੇ ਪੈਣਗੇ। ਅਜਿਹੇ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਚਰਨਜੀਤ ਚੰਨੀ ਕੋਲ ਸਮਾਂ ਥੋੜਾ ਹੈ ਪਰ ਪੈਂਡਾ ਜ਼ਿਆਦਾ ਹੈ।
ਅਸੀਂ ਆਪਣੇ ਦਰਸ਼ਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਕਮੈਂਟ ਕਰਕੇ ਦੱਸਣ ਕਿ ਉਹ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਕੋਲੋਂ ਕਿਹੜੀਆਂ ਆਸਾਂ ਰੱਖਦੇ ਹਨ ਅਤੇ ਕਿਹੜੇ ਅਜਿਹੇ ਕੰਮ ਹਨ ਜੋ ਚਾਹੁੰਦੇ ਹਨ ਕਿ ਚਰਨਜੀਤ ਚੰਨੀ ਆਪਣੇ 100 ਦਿਨ ਦੇ ਕਾਰਜਕਾਲ ਵਿੱਚ ਕਰਕੇ ਜਾਣ ਤਾਂ ਜੋ ਪੰਜਾਬ ਦੇ ਲੋਕ ਹਮੇਸ਼ਾ ਚਰਨਜੀਤ ਚੰਨੀ ਨੂੰ ਯਾਦ ਰੱਖਣ।